ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਮੇਰੇ ਦਿਲ ਦੇ ਵਿੱਚ ਜਿਹੜੀ ਤਾਂਘ ਸੀ ਉਹ ਬਚਪਨ ਤੋਂ ਹੀ ਸੀ ਕਿ ਮੈਂ ਕਿਸੇ ਵੱਡੇ ਮੁਕਾਬਲੇ ਦੇ ਵਿੱਚ ਜਾਣਾ ਚਾਹੁੰਦੀ ਸੀ। ਕਾਲਜ ਦੇ ਦੌਰਾਨ ਮੈਂ ਯੂਥ ਫੈਸਟੀਵਲ ਦੇ ਵਿੱਚ ਪਹਿਲਾਂ ਹੀ ਗਿੱਧੇ ਦੇ ਵਿੱਚ ਧੂਮਾ ਪਾ ਚੁੱਕੀ ਹਾਂ ਅਤੇ ਸਾਡੇ ਕਾਲਜ ਇੰਟਰਨੈਸ਼ਨਲ ਲੈਵਲ ਤੱਕ ਵੀ ਵਿਨ ਕਰਕੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਸਮੇਂ ਸਮੇਂ ਸਿਰ ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਸਤੇ ਲੋਕਾਂ ਵੱਲੋਂ ਪ੍ਰਯਾਸ ਕੀਤੇ ਜਾਂਦੇ ਨੇ, ਪ੍ਰੋਗਰਾਮ ਕਰਵਾਏ ਜਾਂਦੇ ਨੇ। ਕੁਝ ਅਜਿਹਾ ਹੀ ਪ੍ਰੋਗਰਾਮ ਲੁਧਿਆਣਾ ਵਿੱਚ ਵੀ ਹੋਇਆ, ਜਿੱਥੇ ਮੋਗਾ ਦੀ ਵਸਨੀਕ ਦਵਿੰਦਰ ਕੌਰ ਨੇ ਲੁਧਿਆਣਾ ਵਿੱਚ ਹੋਏ ਮੁਕਾਬਲੇ 'ਚ ਮਿਸਿਸ 55 ਦਾ ਖਿਤਾਬ ਹਾਸਲ ਕੀਤਾ। ਦਵਿੰਦਰ ਕੌਰ ਦਾ ਮੋਗਾ ਪੁੱਜਣ 'ਤੇ ਭਰਵਾ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਸਤੇ 18 ਮੁਟਿਆਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸੀ। ਜਿਸ ਮੁਕਾਬਲੇ ਦੇ ਵਿੱਚ ਫਸਟ ਰਨਰ ਅਪ ਜਸਲੀਨ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਸੈਕਿੰਡ ਰਨਰ ਅਪ ਰੁਪਿੰਦਰ ਕੌਰ ਤੇ ਕਿਰਨਜੋਤ ਰਹੀਆਂ। ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਦਵਿੰਦਰ ਕੌਰ ਕਾਫੀ ਖੁਸ਼ ਹੈ ਕਿਉਂਕਿ ਉਸਦੇ ਬਚਪਨ ਦੇ ਖੁਆਬ ਪੂਰੇ ਹੋ ਗਏ ਨੇ। ਵਰਿੰਦਰ, ਪਹਿਲਾਂ ਤੁਹਾਨੂੰ ਮੁਬਾਰਕਾਂ, ਤੁਸੀਂ ਮਿਸਿਸ ਪੰਜਾਬਨ ਜਿੱਤੇ ਹੋ। ਵਰਿੰਦਰ, ਸਾਨੂੰ ਸਾਰਾ ਦੱਸੋ ਵੀ ਕਿੱਥੋਂ ਤੁਸੀਂ ਸ਼ੁਰੂ ਕੀਤਾ। ਹਾਂਜੀ, ਇਸ ਚੀਜ਼ ਦੇ ਲਈ ਮੇਰੇ ਦਿਲ ਦੇ ਵਿੱਚ ਜਿਹੜੀ ਤਾਂਘ ਸੀ ਉਹ ਬਚਪਨ ਤੋਂ ਹੀ ਸੀ ਕਿ ਮੈਂ ਕਿਸੇ ਵੱਡੇ ਮੁਕਾਬਲੇ ਦੇ ਵਿੱਚ ਜਾਣਾ ਚਾਹੁੰਦੀ ਸੀ। ਕਾਲਜ ਦੇ ਦੌਰਾਨ ਮੈਂ ਯੂਥ ਫੈਸਟੀਵਲ ਦੇ ਵਿੱਚ ਪਹਿਲਾਂ ਹੀ ਗਿੱਧੇ ਦੇ ਵਿੱਚ ਧੂਮਾ ਪਾ ਚੁੱਕੀ ਹਾਂ ਅਤੇ ਸਾਡੇ ਕਾਲਜ ਇੰਟਰਨੈਸ਼ਨਲ ਲੈਵਲ ਤੱਕ ਵੀ ਵਿਨ ਕਰਕੇ ਆਇਆ। ਉਸ ਤੋਂ ਇਲਾਵਾ ਮੈਂ ਜਦੋਂ ਮੈਨੂੰ ਇਸ ਮੌਕੇ ਦਾ ਪਤਾ ਲੱਗਿਆ, ਸਾਡੇ ਮੋਗਾ ਸ਼ਹਿਰ ਦੇ ਵਿੱਚ ਹੀ ਤੀਜ ਫੈਸਟੀਵਲ ਜਿਹੜਾ ਮਨਾਇਆ ਗਿਆ, ਉਸ ਦੇ ਵਿੱਚ ਇਹ ਓਪਰਚੁਨਿਟੀ ਸੀ ਕਿ ਜੇ ਉਸ ਕੰਪੀਟੀਸ਼ਨ ਨੂੰ ਅਸੀਂ ਵਿਨ ਕਰਦੇ ਹਾਂ ਤਾਂ ਮਿਸਿਸ ਪੰਜਾਬਨ ਦੇ ਵਿੱਚ ਸਾਨੂੰ ਐਂਟਰੀ ਮਿਲ ਸਕਦੀ ਸੀ। ਤਾਂ ਉਸ ਚੀਜ਼ ਦੀ ਤਿਆਰੀ ਦੇ ਲਈ ਮੈਂ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਅਤੇ ਉੱਥੇ ਮੈਂ ਵਿਨ ਕਰਕੇ, 20 ਕੁੜੀਆਂ ਉੱਥੇ ਸੀ, ਉੱਥੇ ਵੀ ਮੈਂ ਕੁੜੀਆਂ ਤੋਂ ਕੰਪੀਟ ਕਰਕੇ ਜਦੋਂ ਮੈਂ ਆਪਣਾ ਟਾਈਟਲ ਜਿੱਤਿਆ ਮਿਸਿਸ ਮੋਗਾ ਦਾ, ਉਸ ਤੋਂ ਬਾਅਦ ਮੈਨੂੰ ਇਹ ਓਪਰਚੁਨਿਟੀ ਮਿਲੀ ਕਿ ਮੈਂ ਮਿਸਿਸ ਪੰਜਾਬਨ ਦੇ ਵਿੱਚ ਆਪਣੀ ਐਂਟਰੀ ਕਰਵਾ ਸਕਦੀ ਹਾਂ। ਅਤੇ ਜਦੋਂ ਮੈਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗਿਆ ਤਾਂ ਮੈਂ ਉਸੇ ਦਿਨ ਹੀ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਉੱਥੇ ਆਡੀਸ਼ਨ ਕਲੀਅਰ ਕਰਕੇ ਫਿਰ ਮੈਂ ਆਪਣੀ ਗਰੂਮਿੰਗ ਸੈਸ਼ਨ ਦੇ ਵਿੱਚ ਆਪਣੇ ਆਪ ਨੂੰ ਥੋੜ੍ਹਾ ਆਪਣੀ ਸ਼ਖਸੀਅਤ ਨੂੰ ਨਿਖਾਰ ਕੇ ਹੋਰ ਜੱਜਿਸ ਸਾਹਮਣੇ ਪ੍ਰੈਜੈਂਟ ਕੀਤਾ ਅਤੇ ਅੱਜ ਮੈਂ ਮਿਸਿਸ ਪੰਜਾਬਨ 2019 ਦਾ ਖਿਤਾਬ ਆਪਣੇ ਹਿੱਸੇ ਲਿਆ। ਸ਼੍ਰੇਅ ਕਿਹਨੂੰ ਜਾਂਦਾ ਹੈ ਤੁਹਾਡੀ ਜਿੱਤ ਦਾ? ਮੇਰੀ ਜਿੱਤ ਦਾ ਸਭ ਤੋਂ ਪਹਿਲਾਂ ਮੇਰੀ ਆਪਦੀ ਫੈਮਿਲੀ ਦਾ, ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਪਾਲਣ ਪੋਸ਼ਣ ਕੀਤਾ ਮੇਰਾ, ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਇਆ, ਮੇਰੇ ਚਾਚਾ ਚਾਚੀ, ਮੇਰੇ ਭਰਾ, ਮੇਰੀ ਭੈਣ, ਮੇਰੇ ਇਹਨਾਂ ਸਾਰਿਆਂ ਦਾ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਹੈ। ਉਹਨਾਂ ਦੇ ਕਰਕੇ ਹੀ ਅੱਜ ਮੈਂ ਇੱਥੇ ਖੜੀ ਹਾਂ। ਉਹ ਗੱਲ ਹੋਰ ਹੈ ਕਿ ਸਹੁਰੇ ਘਰ ਆ ਕੇ ਸਾਰੇ ਆਪਾਂ ਜਿਹੜੇ ਹੈਗੇ ਆ ਸਹੁਰੇ ਪਰਿਵਾਰ ਦਾ ਨਾਂ ਉੱਤੇ ਹੋ ਜਾਂਦਾ, ਪਰ ਜਿਹੜੇ ਸੰਸਕਾਰ ਹੈ ਉਹ ਆਪਾਂ ਨੂੰ ਆਪਣੇ ਪੇਕੇ ਘਰ ਤੋਂ ਮਿਲਦੇ ਹਨ। ਉਹਨਾਂ ਤੋਂ ਚੰਗੇ ਗੁਣ ਲੈ ਕੇ ਮੈਂ ਸਹੁਰਾ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀ ਹਾਂ। ਸਹੁਰਾ ਪਰਿਵਾਰ ਦੇ ਵਿੱਚ ਵੀ ਮੈਨੂੰ ਮੇਰੇ ਦਾਦਾ ਸਹੁਰਾ, ਮੇਰੀ ਦਾਦੀ ਜੀ, ਮੰਮੀ ਡੈਡੀ ਅਤੇ ਖਾਸ ਕਰਕੇ ਮੇਰੇ ਹਸਬੈਂਡ ਅਤੇ ਮੇਰੇ ਦਿਓਰ ਦਾ ਬਹੁਤ ਜ਼ਿਆਦਾ ਸਾਥ ਰਿਹਾ, ਜਿਨ੍ਹਾਂ ਨੇ ਹਰ ਮੁਸ਼ਕਿਲ ਦੌਰ ਦੇ ਵਿੱਚ ਮੈਨੂੰ ਮੇਰਾ ਆਤਮ ਵਿਸ਼ਵਾਸ ਬਣਾਏ ਰੱਖਣ ਦੇ ਲਈ ਭਰੋਸਾ ਦਵਾਇਆ ਅਤੇ ਹਰ ਮੁਸ਼ਕਿਲ ਘੜੀ ਦੇ ਵਿੱਚ ਮੇਰੇ ਨਾਲ। ਅਕਸਰ ਕਿਹਾ ਜਾਂਦਾ ਹੈ ਕਿ ਰੰਗਮੰਚ ਜਾਂ ਗਲੈਮਰ ਵਰਲਡ ਦੀ ਜੋ ਦੁਨੀਆ ਹੈ ਉਹ ਕਿਤੇ ਨਾ ਕਿਤੇ ਅਸ਼ਲੀਲਤਾ ਦੇ ਨਾਲ ਜੁੜੀ ਹੋਈ ਹੈ, ਪਰ ਜੇਕਰ ਆਰਗੇਨਾਈਜ਼ਰ ਚੰਗੇ ਹੋਣ, ਜੇਕਰ ਸੂਤਰ ਧਾਰਕ ਚੰਗੇ ਹੋਣ ਤਾਂ ਚੰਗੇ ਪ੍ਰੋਗਰਾਮ ਵੀ ਉਲੀਕੇ ਜਾ ਸਕਦੇ ਨੇ ਜੋ ਇਤਿਹਾਸ ਨੂੰ, ਵਿਰਸੇ ਨੂੰ, ਸੱਭਿਆਚਾਰ ਨੂੰ ਮਜ਼ਬੂਤ ਕਰਦੇ ਹੋਣ, ਜੋ ਨੌਜਵਾਨੀ ਨੂੰ ਸਹੀ ਰਾਹ ਪਾਉਂਦੇ ਹੋਣ, ਸਹੀ ਰਾਹ ਦਿਖਾਉਂਦੇ ਹੋਣ।
ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।